ਜੇ ਕ੍ਰਿਸ਼ਨ ਅਵਤਾਰ ਦੀ ਗੱਲ ਕੀਤੀ ਹੈ ਤਾਂ ਕਮਾਲ ਹੈ, ਉਹ ਪਲਾਟ ਲੈ ਕੇ ਸਾਹਿਤ ਦੇ ਵਿੱਚ ਵੀ ਅੱਜ ਫਿਫਥ ਹਾਰਸਮੈਨ ਹੈ ਜਾਂ ਹੋਰ ਵੀ ਜਦੋਂ ਲੈਰੀ ਕੋਲਿਨਸ ਜਾਂ ਕੋਈ ਵੀ ਜਦੋਂ ਫਿਕਸ਼ਨ ਲਿਖਦਾ ਹੈ ਉਹ ਫਿਕਸ਼ਨ ਜ਼ਿਆਦਾ ਨੇੜੇ ਹੁੰਦਾ ਹੈ ਜਿਹੜਾ ਕਿ ਰੀਅਲ ਕਰੈਕਟਰਸ ਲੈ ਕੇ ਚੱਲਦਾ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨਵੀਂ ਮਹਾਭਾਰਤ ਰਚ ਰਹੇ ਹਨ, ਨਵੀਂ ਕ੍ਰਿਸ਼ਨ ਦੀ ਲੜਾਈ ਰਚ ਰਹੇ ਹਨ, ਔਰ ਉਸ ਵਿੱਚ ਕਮਾਲ ਦੇ ਕਰੈਕਟਰ ਹਨ। ਕ੍ਰਿਸ਼ਨ ਦੀ ਸਾਈਡ ਦੇ ਉੱਤੇ ਲੜਨ ਵਾਲੇ ਕੌਣ ਹਨ? ਗੈਰਤ ਖਾਨ, ਸ਼ੇਰ ਖਾਨ, ਸ਼ੇਰ ਮੁਹੰਮਦ, ਅਜਾਇਬ ਖਾਨ, ਔਰ ਕੁਛ ਰਾਕਸ਼ਸ ਹਨ ਜਿਹੜੇ ਸ਼੍ਰੀ ਕ੍ਰਿਸ਼ਨ ਦੀ ਸੈਨਾ ਦੇ ਵਿੱਚ ਹਨ। ਇੱਕ ਨਵੀਂ ਡਾਇਮੈਂਸ਼ਨ ਦੇ ਰਹੇ ਹਨ ਗੁਰੂ ਸਾਹਿਬ। ਪਲਾਟ ਉਹੀ ਹੈ ਪਰ ਉਹਦੇ ਸਾਰੇ ਕਰੈਕਟਰਸ ਚੇਂਜ ਕਰ ਦਿੱਤੇ, ਔਰ ਇਧਰੋਂ ਖੜਗੇਸ਼ ਹੈ, ਖੜਗ ਸਿੰਘ ਹੈ, ਇੰਦਰ ਦੀ ਕ੍ਰਿਸ਼ਨ ਦੀ ਲੜਾਈ ਖੜਗ ਸਿੰਘ ਨਾਲ ਹੋ ਰਹੀ ਹੈ। ਖੜਗ ਸਿੰਘ ਦੇ ਨਾਲ ਕੌਣ ਹਨ? ਅਤਿ ਸਵੱਛ ਸਿੰਘ, ਸਵੱਛ ਸਿੰਘ, ਸੁਭੱਟ ਸਿੰਘ, ਕੰਨ ਸਿੰਘ, ਸ਼ਾਮ ਸਿੰਘ, ਇਹ ਯੋਧੇ ਹਨ ਜਿਹੜੇ ਦੂਸਰੇ ਪਾਸੇ ਤੋਂ ਹਨ। ਔਰ ਇੰਦਰ ਦੀ ਸਾਈਡ ਚੋਂ ਜਦੋਂ ਕੋਈ ਕਾਮਯਾਬ ਨਹੀਂ ਹੁੰਦੇ ਤਾਂ ਫਿਰ ਗਣੇਸ਼ ਵੀ ਆ ਜਾਂਦਾ ਹੈ, ਸ਼ਿਵ ਵੀ ਆ ਜਾਂਦਾ ਹੈ। ਫਿਰ ਉੱਥੇ ਖੜਗ ਸਿੰਘ ਕਹਿੰਦਾ, ਰੇ ਗਣੇਸ਼ ਤੂੰ ਲੜੇਗਾ, ਰੇ ਸ਼ਿਵ ਤੂੰ ਲੜੇਗਾ। ਸੋ ਇੱਕ ਨਵੀਂ ਡਾਇਮੈਂਸ਼ਨ ਦੇ ਦਿੱਤੀ, ਔਰ ਸਾਰਾ ਕੁਝ ਕਰਕੇ ਪੂਰੀ ਕਹਾਣੀ ਲਿਖ ਕੇ ਅਖੀਰ ਦੇ ਵਿੱਚ ਮਨੋਰਥ ਸਪਸ਼ਟ ਕਰ ਰਹੇ ਹਨ ਕਿ ਇਹ ਜਿਹੜੀ ਦਸਮ ਕਥਾ ਭਗਵਤ ਕੀ ਮੈਂ ਕਿਉਂ ਲਿਖੀ ਹੈ। ਹਜ਼ੂਰ ਕਹਿ ਰਹੇ ਹਨ, ਦਸਮ ਕਥਾ ਭਗਵਤ ਕੀ, ਭਾਖਾ ਕਰੀ ਬਣਾਏ, ਅਵਰ ਵਾਸਨਾ ਨਾਹੇ ਪ੍ਰਭ, ਧਰਮ ਯੁੱਧ ਕੋ ਚਾਏ। ਮੈਨੂੰ ਧਰਮ ਯੁੱਧ ਦਾ ਚਾਅ ਸੀ। ਹਜ਼ੂਰ ਸਪਸ਼ਟ ਕਰਦੇ ਹਨ ਕ੍ਰਿਸ਼ਨਾ ਅਵਤਾਰ ਦੇ ਅਖੀਰ ਦੇ ਵਿੱਚ, ਮੈਂ ਨਾ ਗਣੇਸ਼ੇ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬੂ ਨਹੀਂ ਧਿਆਉਂ, ਕਾਨ ਸੁਨੇ ਪਹਿਚਾਨ ਨ ਤਿਨ ਸਿਉ, ਲਿਵ ਲਾਗੀ ਮੋਰੀ ਬਾਗਿਨ ਸਿਉ। ਔਰ ਇਤਨਾ ਕੁਛ ਕਰਕੇ, ਇਤਨਾ ਸਪਸ਼ਟ ਦਿੰਦਿਆਂ ਹੋਇਆਂ ਗੁਰੂ ਸਾਹਿਬ ਨੂੰ ਲੋੜ ਕੀ ਸੀ ਇਸ ਦੀ? ਕਈ ਨਿੰਦਕ, ਗੁਰੂ ਨਿੰਦਕ ਇਹ ਕਹਿ ਰਹੇ ਹਨ ਕਿ ਗੁਰੂ ਸਾਹਿਬ ਤਾਂ ਜੰਗਾਂ ਯੁੱਧਾਂ ਵਿੱਚ ਸਨ, ਉਹ ਇਤਨਾ ਵੱਡਾ ਸਾਹਿਤ ਕਿੱਦਾਂ ਰਚ ਸਕਦੇ ਹਨ? ਤੁਸੀਂ ਹੈਰਾਨ ਹੋਵੋਗੇ, ਗੁਸਤਾਖੀ ਨਾ ਕਰਾਂ, ਸਤਿਗੁਰ ਸੱਚੇ ਪਾਤਸ਼ਾਹ ਦੀ ਹਾਜ਼ਰੀ ਹੈ, ਗੁਰੂ ਨਿੰਦਾ ਨਾ ਹੋ ਜਾਏ। ਕ੍ਰਿਸ਼ਨਾ ਅਵਤਾਰ, ਅੱਧੇ ਤੋਂ ਵੱਧ ਗੁਰੂ ਸਾਹਿਬ ਦੀ ਬਾਣੀ ਗੁਰੂ ਸਾਹਿਬ ਨੇ 21 ਸਾਲ ਦੀ ਉਮਰ ਵਿੱਚ ਮੁਕੰਮਲ ਕਰ ਲਈ। 21 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕ੍ਰਿਸ਼ਨਾ ਅਵਤਾਰ ਕੰਪਲੀਟ ਕਰ ਲਿਆ, ਔਰ 23 ਸਾਲ ਦੀ ਉਮਰ ਵਿੱਚ ਉਹਨਾਂ ਦਾ ਪਹਿਲਾ ਯੁੱਧ ਪੰਗਾਣੀ ਦਾ ਹੋਇਆ। ਗੁਰੂ ਸਾਹਿਬ ਨੂੰ ਨਜ਼ਰ ਆ ਰਿਹਾ ਆਉਣ ਵਾਲੇ ਸਮੇਂ ਵਿੱਚ, ਨੇੜੇ ਭਵਿੱਖ ਦੇ ਵਿੱਚ, ਰਾਮ ਔਰ ਕ੍ਰਿਸ਼ਨ ਦੇ ਉਪਾਸ਼ਕ ਮੁਗਲਾਂ ਨੂੰ ਨਾਲ ਲੈ ਕੇ, ਉਹਨਾਂ ਰਾਕਸ਼ੀ ਬਿਰਤੀਆਂ ਨੂੰ ਨਾਲ ਲੈ ਕੇ ਇਹ ਸਿੰਘਾਂ ਦੇ ਨਾਲ ਮੁਕਾਬਲਾ ਕਰਨਗੇ। ਹਜ਼ੂਰ ਕਹਿ ਰਹੇ ਹਨ, ਦਸਮ ਕਥਾ ਭਗਵਤ ਕੀ, ਬਾਖਾ ਕਰੀ ਬਣਾਏ, ਅਵਰ ਵਾਸਨਾ ਨਾਹੇ ਪ੍ਰਭ, ਧਰਮ ਯੁੱਧ ਕੋ ਚਾਏ। ਇੱਕ ਹੋਰ ਪਰਪਸ ਹੈ। ਸ਼੍ਰੀ ਕ੍ਰਿਸ਼ਨ ਉਸ ਯੁੱਧ ਦੇ ਵਿੱਚ ਲੜਦੇ ਹਨ ਜਿਸ ਨੂੰ ਅਲੇ ਯਾਰ ਖਾਂ ਕਹਿੰਦਾ, ਕਟਵਾ ਦੀਏ ਸ਼ਿਸ਼ਾਮ ਨੇ ਗੀਤਾ ਕੋ ਸੁਣਾ ਕਰ, ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾ ਕਰ। ਸ਼੍ਰੀ ਕ੍ਰਿਸ਼ਨ ਜਦੋਂ ਅਖੀਰ ਦੇ ਵਿੱਚ, ਉਹਨਾਂ ਦੇ ਜੀਵਨ ਕਾਲ ਦੇ ਵਿੱਚ ਸ਼੍ਰੀ ਕ੍ਰਿਸ਼ਨ ਦਾ ਅਖੀਰਲਾ ਰੂਪ ਜੋ ਹੈ ਉਹ ਰਣਛੋੜ ਜੀ ਬਣ ਜਾਂਦੇ ਹਨ। ਸ਼੍ਰੀ ਕ੍ਰਿਸ਼ਨ ਲੜਾਈ ਛੱਡ ਦਿੰਦੇ ਹਨ, ਉਹਨਾਂ ਦਾ ਨਵਾਂ ਰੂਪ ਹੈ। ਗੁਜਰਾਤ ਦੇ ਵਿੱਚ ਆਮ ਤੌਰ ਤੇ ਰਣਛੋੜ ਜੀ ਨਾਮ ਬਹੁਤ ਮਸ਼ਹੂਰ ਹੈ ਕਿਉਂਕਿ ਅਖੀਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਗੁਜਰਾਤ ਵਿੱਚ ਚਲੇ ਗਏ ਸਨ। ਉੱਥੇ ਜਿਹੜਾ ਸ਼੍ਰੀ ਕ੍ਰਿਸ਼ਨ ਦਾ ਸਭ ਤੋਂ ਮਸ਼ਹੂਰ ਨਾਮ ਹੈ ਰਣਛੋੜ ਜੀ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕ੍ਰਿਸ਼ਨਾ ਅਵਤਾਰ ਦੀ ਰਚਨਾ ਕਰਦਿਆਂ ਕਹਿੰਦੇ ਹਨ, ਹੇ ਰੱਬ, ਹੇ ਸੱਸ, ਹੇ ਕਰੁਣਾਨਿਧ, ਮੇਰੀ ਅਭੈ ਬੇਨਤੀ ਸੁਣ ਲੀਜੇ, ਔਰ ਨਾ ਮੰਗਤ ਹੋ ਤੁਮ ਤੇ ਕਛ, ਚਾਹਤ ਹੋ ਚਿਤ ਮੈਂ ਸੋਈ ਕੀਜੇ, ਸ਼ਸਤਰਨ ਸਿਉ ਅਤ ਹੀਰਣ ਭੀਤਰ, ਜੂਝ ਮਰੋ ਤੋ ਸਾਚ ਪਤੀਜੇ। ਮੈਂ ਸ਼ਸਤਰਾਂ ਦੇ ਨਾਲ ਰਣਜੂਝ ਬਣਾਗਾ, ਰਣਛੋੜ ਨਹੀਂ ਬਣਾਗਾ।
ਇਹ ਪਰਪਸ ਹੈ, ਇਹ ਮੋਟਿਵ ਹੈ ਗੁਰੂ ਸਾਹਿਬ ਦਾ ਕ੍ਰਿਸ਼ਨਾ ਅਵਤਾਰ ਲਿਖਣ ਦਾ।